11 ਜੂਨ 1770 'ਚ ਬ੍ਰਿਟਿਸ਼ ਐਕਸਪਲੋਰਰ ਕੈਪਟਨ ਜੇਮਸ ਕੁੱਕ ਨੇ ਗ੍ਰੇਟ ਬੈਰੀਅਰ ਰੀਫ ਦੀ ਖੋਜ ਕੀਤੀ, ਜਿਸ ਦੇ ਨਾਲ ਨਾਲ ਉਹਨਾਂ ਨੇ ਆਸਟ੍ਰੇਲੀਆ ਦੀ ਵੀ ਖੋਜ ਕੀਤੀ ਅਤੇ ਇਸ ਖੋਜ ਦਾ ਸਿਹਰਾ ਕੈਪਟਨ ਜੇਮਸ ਕੁੱਕ ਨੂੰ ਹੀ ਜਾਂਦਾ ਹੈ। ਇਸੇ ਹੀ ਦਿਨ 1892 ਵਿੱਚ ਦੁਨੀਆ ਦਾ ਪਹਿਲਾ ਫਿਲਮ ਸਟੂਡੀਓ ਦਾ ਲਾਈਮਲਾਈਟ ਡਿਪਾਰਟਮੈਂਟ ਨੂੰ ਅਧਿਕਾਰਿਕ ਤੌਰ 'ਤੇ ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ 'ਚ ਸਥਾਪਿਤ ਕੀਤਾ ਗਿਆ। 1959 'ਚ ਯੂਕੇ ਦੇ ਹੋਵਰਕ੍ਰਾਫਟ ਖੋਜੀ ਕ੍ਰਿਸਟੋਫਰ ਕੋਕੇਲ ਨੇ ਸਾਊਥਹੈਂਪਟਨ 'ਚ ਅਧਿਕਾਰਿਕ ਤੌਰ 'ਤੇ ਹੋਵਰਕ੍ਰਾਫਟ ਨੂੰ ਲਾਂਚ ਕੀਤਾ। ਹੋਵਰਕ੍ਰਾਫਟ ਨੂੰ ਏਅਰ ਕੁਸ਼ਨ ਵਾਹਨ ਜਾਂ ABC ਵੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹਾ ਵਾਹਨ ਹੈ ਜੋ ਜ਼ਮੀਨ, ਪਾਣੀ, ਚਿੱਕੜ, ਬਰਫ਼ ਅਤੇ ਹੋਰ ਥਾਵਾਂ 'ਤੇ ਸਫ਼ਰ ਕਰਨ ਦੇ ਯੋਗ ਹੈ। ਅੱਜ ਦੇ ਹੀ ਦਿਨ 1991 'ਚ ਮਾਈਕਰੋਸੋਫਟ ਕੰਪਨੀ ਨੇ MS-DOS 5.0 ਮਤਲਬ ਮਾਈਕਰੋਸੋਫਟ ਡਿਸਕ ਓਪਰੇਟਿੰਗ ਸਿਸਟਮ 5 ਨੂੰ ਜਾਰੀ ਕੀਤਾ। ਸਾਲ 2002 'ਚ ਯੂਨਾਈਟਿਡ ਸਟੇਟਸ ਕਾਂਗਰਸ ਨੇ ਇਟਾਲੀਅਨ ਪ੍ਰਵਾਸੀ ਐਂਟੋਨੀਓ ਮੈਕੀ ਨੂੰ ਟੈਲੀਫੋਨ ਦੇ ਅਸਲੀ ਖੋਜਕਰਤਾ ਵਜੋਂ ਸਵੀਕਾਰ ਕੀਤਾ। ਇਸ ਘੋਸ਼ਣਾ ਨੂੰ ਅਮਰੀਕਾ ਦੇ ਹਾਊਸ ਆਫ ਰਿਪ੍ਰੈਜੈਂਟੇਟਿਵ ਨੇ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲਾਂ ਮੈਕੀ ਨਾਲ ਕੰਮ ਕਰਦੇ ਅਲੈਗਜ਼ੈਂਡਰ ਗ੍ਰਾਮਵੈਲ ਨੇ ਇਹ ਦਾਅਵਾ ਕੀਤਾ ਸੀ ਕਿ ਟੈਲੀਫੋਨ ਦੀ ਖੋਜ ਉਸਨੇ ਕੀਤੀ ਹੈ, ਜਿਸ ਤੋਂ ਬਾਅਦ 2002 'ਚ ਯੂਨਾਈਟਿਡ ਸਟੇਟਸ ਕਾਂਗਰਸ ਨੇ ਇਹ ਫੈਸਲਾ ਸੁਣਾਇਆ।